ਗ੍ਰੀਨ ਪਲਾਂਟਸ ਬਹੁਤ ਕੱਚੇ ਕਿਤੇ ਅੱਛਾ ਜਗ੍ਹਾ ਜਗ੍ਹਾ ਡਿਫਰੈਂਟ ਵੈਰਾਈਟੀਜ਼ ਸਾਡੀ ਉਹ ਅਲੋ ਹੈ ਉਧਰ ਅਸੀਂ ਕੱਚੀ ਅਲੋ ਵੀ ਖਾਈਏ ਅੱਛਾ ਉਹ ਸਾਡੀ ਬੋਡੀ ਵਾਸਤੇ ਬੜੀ ਇਫੈਕਟਿਡ ਹੈ ਅੱਛੀ ਇਹਦੀ ਫਲਾਵਰਿੰਗ ਬਹੁਤ ਅੱਛੀ ਫਲਾਵਰਿੰਗ ਹੁੰਦੀ ਹੈ ਅੱਛਾ ਜੀ ਇਹਨੇ ਇੰਡਸਟਰੀ ਸਾਨੂੰ ਕੋਈ ਨਹੀਂ ਇਥੋਂ ਮਿਲੇਗੀ ਵਿੰਟਰ ਸੀਜ਼ਨ ਸ਼ੁਰੂ ਹੋਏਗਾ ਕਲਰ ਚੇਂਜ ਹੋਏਗਾ ਜਿਸ ਤਰ੍ਹਾਂ ਹੀ ਜੈਸੇ ਗਰਮੀ ਸ਼ੁਰੂ ਹੋਣ ਗਿਆ ਗਰਮੀਆਂ ਹੋਣ ਉਸ ਦੀ ਖੂਬਸੂਰਤੀ ਜਿਹੜੀ ਆ ਉਹ ਉਸ ਦੇ ਵਿੱਚ ਆਪਣੀ ਹੈ ਜੀ ਮਾਲੀ ਵਾਸ ਲੈ ਕੇ ਆਣਾ ਸੀ ਉਹ ਪਲਾਂਟ ਦੇਖ ਲਓ ਵੈਸਾ ਲੈ ਕੇ स्वागत है ਤੁਹਾਡਾ ਸਾਰਿਆਂ ਦਾ YouTube चैनल डेकोर आर्ट ਦੇ ਉੱਤੇ ਅੱਜ ਤੁਹਾਨੂੰ ਅਸੀਂ ਇੱਕ ਉਹਨਾਂ ਸ਼ਖਸ ਦੇ ਨਾਲ ਮਨਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਅਜਿਹੇ ਬੂਟਿਆਂ ਦਾ ਸ਼ੌਂਕ ਪਾਲਿਆ ਹੋਇਆ ਕਿ ਜਿਸ ਨੂੰ ਕਈ ਘਰਾਂ ਵਿੱਚ ਰੱਖਣਾ ਇੱਕ ਨੈਗੇਟਿਵਿਟੀ ਸਮਝ ਲੈਂਦੇ ਨੇ ਕਿ ਉਹਨਾਂ ਨੂੰ ਘਰ ਵਿੱਚ ਰੱਖਣਾ ਵੀ ਸਹੀ ਨਹੀਂ ਸਮਝਦੇ ਪਰ ਸਾਡੇ ਅੱਜ ਦੇ ਨਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੀ ਆਪਣਾ ਇੱਕ ਸਾਰਾ ਸ਼ੌਂਕ ਪਾਲਿਆ ਹੋਇਆ ਹੈ ਤੇ ਜੇਕਰ ਉਹਨਾਂ ਦੇ ਬਾਰੇ ਇੱਕ ਬਰੀਫ ਇੰਟਰੋਡਕਸ਼ਨ ਦਵਾਂ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲੀਕੇਸ਼ਨ ਡਿਪਾਰਟਮੈਂਟ ਵਿੱਚ ਬਹੁਤ ਲੰਮਾ ਚਿਰ ਆਪਣੀ ਸੇਵਾ ਨਿਭਾਈ ਹੈ ਸੋ ਨਾਲ ਦੇ ਨਾਲ ਉਹਨਾਂ ਨੇ ਸ਼ੌਂਕ ਵਜੋਂ ਹੀ ਇਹ ਸਾਰੀ ਚੀਜ਼ ਨੂੰ ਆਪਣੇ ਨਾਲ ਰੱਖਿਆ ਹੋਇਆ ਸੋ ਮਿਲਾਉਂਦੇ ਹਾਂ ਤੁਹਾਨੂੰ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ YouTube ਚੈਨਲ ਦੇ ਉੱਤੇ ਸੋ ਅੱਜ ਤੁਸੀਂ ਸਾਨੂੰ ਆਪਣੇ ਰੁਝੇਵੇਂ ਚੋਂ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਕਿ ਅਸੀਂ ਤੁਹਾਡੇ ਨਾਲ ਇਹਨਾਂ ਸਾਰੇ ਕੈਕਟਸ ਹਾਊਸ ਦੇ ਬਾਰੇ ਸੋ ਇਹਨਾਂ ਨੇ ਘਰ ਦਾ ਨਾਮ ਵੀ ਰੱਖਿਆ ਹੋਇਆ ਕੈਕਟਸ ਹਾਊਸ ਜੀ ਹਾਂ ਇੱਕ ਅਲੱਗ ਪਹਿਚਾਨ ਹੈ ਜਿੱਥੇ ਇਹ ਰਹਿੰਦੇ ਨੇ ਤੇ ਅੱਜ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ ਹੀ ਉਹਨਾਂ ਦੀ ਜ਼ੁਬਾਨੀ ਉਸ ਸਾਰੀ ਗੱਲਬਾਤ ਨੂੰ ਕਿ ਉਹਨਾਂ ਨੇ ਕਿਵੇਂ ਇਸ ਸ਼ੌਂਕ ਨੂੰ ਨਾਲ ਨਾਲ ਲਿਆਂਦਾ ਤੇ ਇਸ ਦਾ ਹੀ ਕਿਉਂ ਸ਼ੌਂਕ ਕੀਤਾ ਤੇ ਹੋਰ ਬਹੁਤ ਸਾਰੇ ਐਸੇ ਕੁਐਸਚਨ ਨੇ ਜਿਨ੍ਹਾਂ ਦੇ ਆਨਸਰ ਸਾਨੂੰ ਅੱਜ ਅੰਕਲ ਜੀ ਦੇਣਗੇ ਅੰਕਲ ਜੀ ਇਹ ਸਾਨੂੰ ਦੱਸੋ ਕਿ ਤੁਸੀਂ ਇਹਨਾਂ ਦਾ ਸ਼ੁਰੂਆਤ ਕਦੋਂ ਕੀਤੀ ਤੇ ਕਿਵੇਂ ਕੀਤੀ ਇਹਦੀ ਸ਼ੁਰੂਆਤ 90 ਚ ਜਦੋਂ ਮੈਂ ਸਰਵਿਸਿਜ਼ ਜੁਆਇਨ ਕਰਨ ਤੋਂ ਬਾਅਦ 82 ਚ ਯੂਨੀਵਰਸਿਟੀ ਜੁਆਇਨ ਕਰੀ ਅੱਛਾ ਜੀ 82 8 ਸਾਲ ਮੈਂ ਇਸ ਤਰ੍ਹਾਂ ਗੁਜ਼ਾਰਤੇ ਵਰਕਿੰਗ ਦੇ ਵਿੱਚ ਫੈਮਿਲੀ ਦੇ ਵਿੱਚ ਅੱਛਾ ਜੀ ਤੇ 90 ਚ ਮੈਂ ਸ਼ੁਰੂ ਸ਼ੌਕ ਹੋਇਆ ਪਲਾਂਟਸ ਇਕੱਠੇ ਕਰਨ ਦਾ ਰਾਈਟ ਅੱਛਾ ਸਭ ਤੋਂ ਪਹਿਲਾਂ ਮੈਂ ਗ੍ਰੀਨ ਪਲਾਂਟਸ ਬਹੁਤ ਇਕੱਠੇ ਕੀਤੇ ਅੱਛਾ ਜਗ੍ਹਾ ਜਗ੍ਹਾ ਡਿਫਰੈਂਟ ਵੈਰਾਈਟੀਜ਼ ਜਿਵੇਂ ਕਿ ਬਾਕੀ ਘਰਾਂ ਵਿੱਚ ਵੀ ਸੀ ਆਪ ਜਿਸ ਆਮ ਤਰ੍ਹਾਂ ਯੂਜ਼ ਕਰਦੇ ਆ ਜਿਹੜੀ ਅੱਛੀ ਤੋਂ ਅੱਛੀ ਵੈਰਾਈਟੀ ਠੀਕ ਹੈ ਜੀ ਉਸ ਚ ਵੀ ਜਿਸ ਤਰ੍ਹਾਂ ਸੰਗੋਣੀ ਬੜਾ ਅੱਛਾ ਪਲਾਂਟਸ ਹੈ ਮਲਟੀ ਕਲਰ ਪਲਾਂਟ ਠੀਕ ਹੈ ਮੈਕਸਿਮਮ ਉਹ ਮੈਂ ਲੈਤਾ ਠੀਕ ਹੈ ਜੀ ਬਾਕੀ ਜਿਸ ਅਸੀਂ ਮੇਰੀ ਫੈਮਿਲੀ ਜੀ ਪਟਿਆਲੇ ਬਿਲੋਂਗ ਕਰਦੇ ਸੀ ਓਕੇ ਜੀ ਅਸੀਂ ਪਟਿਆਲੇ ਜਾਣਾ ਹਾਂਜੀ 2 ਜਾਂ 4 ਜਾਂ 5-6 ਦਿਨ ਵਾਸਤੇ ਜਿਸ ਅਸੀਂ ਆਣਾ ਮੇਰੇ ਪਲਾਂਟਸ ਆਲਮੋਸਟ ਡਰਾਈ ਹੋ ਚੁੱਕੇ ਹੁੰਦੇ ਸੀਗੇ ਅੱਛਾ ਜੀ ਤੇ ਬੜਾ ਅਫਸੋਸ ਹੁੰਦਾ ਪੈਸਾ ਲਾਣ ਤੋਂ ਬਾਅਦ ਵੀ ਆਪਣਾ ਸ਼ੌਕ ਪੂਰਾ ਨਹੀਂ ਸੀ ਕਰ ਸਕਦਾ ਹਾਂਜੀ ਹਾਂਜੀ ਫਿਰ ਐਸੇ ਵਿੱਚ ਦਿਮਾਗ 'ਚ ਆਇਆ ਕੁਝ ਮੇਰੇ ਫਰੈਂਡਸ ਨੇ ਇੱਕ ਅੱਧਾ ਗਿਫਟ ਕਰਿਆ ਅੱਛਾ ਜੀ ਤੇ ਕੈਕਟਸ ਮੇਰੇ ਦਿਮਾਗ 'ਚ ਆ ਗਿਆ ਅੱਛਾ ਜੀ ਕੈਕਟਸ ਕਿਉਂ ਨਾ ਆਪਾਂ ਕੈਕਟਸ ਇਕੱਠਾ ਕਰਿਆ ਵਾ ਵਾਹ ਹਾਂ ਬੜੇ ਲੋਕਾਂ ਨੇ ਕਿਹਾ ਵੀ ਕੈਕਟਸ ਜਿਹੜਾ ਪਲਾਂਟਸ ਆ ਨਹੀਂ ਘਰਾਂ 'ਚ ਲਾਉਣਾ ਚਾਹੀਦਾ ਹਾਂ ਜਿਵੇਂ ਦੱਸਿਆ ਕਿ ਨੈਗੇਟਿਵਿਟੀ ਇੱਕ ਹੁੰਦੀ ਹੈ ਕਿ ਅਸੀਂ ਨਹੀਂ ਲਗਾਉਣਾ ਚਾਹੀਦਾ ਲੇਕਿਨ ਜਿਹੜੀ ਮੇਰੀ ਆਪਣੀ ਸੋਚ ਸੀ ਵੀ ਜਿਹੜੀ ਚੀਜ਼ ਆਪਣੇ ਆਪ ਨੂੰ ਹਰ ਐਟਮੋਸਫੇਅਰ 'ਚ ਐਡਜਸਟ ਕਰ ਸਕਦੀ ਹੈ ਅੱਛਾ ਉਸ ਨੂੰ ਘਰ 'ਚ ਲਾਉਣਾ ਚਾਹੀਦਾ ਵਾਹ ਮਤਲਬ ਤੁਸੀਂ ਸਿਲੈਕਸ਼ਨ ਇਸ ਤੇ ਕਰਨਾ ਆਪਣੀ ਹਰੀ ਇਸ ਵੇਸ ਤੇ ਸੀ ਅੱਛਾ ਜੀ ਕਿ ਅਗਰ ਮੈਂ ਕਦੇ ਬਾਹਰ ਜਾਵਾਂ ਮੇਰੇ ਤੋਂ ਬਿਨਾ ਵੀ ਉਹ ਜੀ ਸਕਣ ਵਾਹ ਠੀਕ ਹੈ ਜੀ ਅੱਛਾ ਨਹੀਂ ਨਹੀਂ ਕਿ ਮੈਂ ਜਾਵਾਂ ਤੇ ਉਹ ਮਰ ਜਾਣ ਜਾਂ ਉਹਨਾਂ ਕੁਝ ਰਹੇ ਨਾ ਠੀਕ ਮੈਂ ਇਹਨੀ ਇਹਨੀ ਕਿ ਬੌਂਡਿੰਗ ਕੇ ਇਸ ਚੀਜ਼ ਦੇ ਨਾਲ ਉਹਨਾਂ ਦਾ ਆਪਣੇ ਜਿੰਨੀ ਪਾਵਰ ਹੈ ਉਹ ਆਪਣੇ ਨੂੰ ਸਟਰੈਂਥ ਰੱਖਦੇ ਆ ਹੁਣ ਮਸਲਾ ਅਗਰ ਇੱਕ ਪੇਰੈਂਟਸ ਇਸੇ ਕਹਿੰਦੇ ਪੇਰੈਂਟ ਮੈਂ ਜਾ ਰਹੇ ਬੱਚੇ ਨੂੰ ਛੱਡ ਕੇ ਹਾਂਜੀ ਫਿਰ ਸੋਚਣਗੇ ਅਗਰ ਬੇਟਾ ਐਡਜਸਟ ਕਰ ਸਕੇ ਫਿਰ ਛੱਡ ਕੇ ਜਾਣਗਾ ਅਦਰ ਕਹਿੰਦੇ ਨਹੀਂ ਬੇਟਾ ਘਰ ਵਾਪਸ ਚਲਦੇ ਆਪਾਂ ਜੀ ਵੇਟ ਤੇ ਪੜਾਈ ਨੂੰ ਛੱਡ ਅੱਛਾ ਜੀ ਲੇਕਿਨ ਮੈਂ ਸੋਚਿਆ ਕਿ ਉਹ ਪਲਾਂਟਸ ਰੱਖੀਏ ਜਿਹਨੂੰ ਮੈਂ ਐਡਜਸਟ ਵੀ ਕਰ ਸਕਾਂ ਉਹ ਵੀ ਆਪਣੇ ਐਟਮੋਸਫੇਅਰ ਐਡਜਸਟ ਕਰ ਸਕਾਂ ਠੀਕ ਹੈ ਜੀ ਠੀਕ ਠੀਕ ਸਭ ਤੋਂ ਬੜਾ ਹੀ ਰੀਜ਼ਨ ਸੀ ਅੱਛਾ ਵੱਡਾ ਰੀਜ਼ਨ ਇਹੀ ਸੀ ਸਭ ਤੋਂ ਬੜਾ ਰੀਜ਼ਨ ਅਸੀਂ ਅੱਛਾ ਜੀ ਉਸ ਮੈਂ ਜੇ ਜਾਣਾ 2-4-5 ਹਫਤਾ ਵੀ ਲਾਣਾ ਅੱਛਾ ਜੀ ਤੇ ਮੈਂ ਐਜ਼ ਇਟ ਇਜ਼ ਰਹਿ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਦੇਖਣਾ ਕੀ ਐਜ਼ ਇਟ ਇਜ਼ ਦੇ ਆਪਣਾ ਸਰਵਾਈਵ ਕਰ ਰਹੇ ਨੇ ਆਂਦੇ ਸੇ ਮਿਲਣਾ ਦੇਖਣਾ ਅੱਛਾ ਤੇ ਉਹਨਾਂ ਨੂੰ ਖੁਸ਼ ਹੋਣਾ ਅਸੀਂ ਵੀ ਖੁਸ਼ ਹੋਣਾ ਦੇ ਕਿ ਹਾਂ ਸਾਡੇ ਪਲਾਂਟਸ ਐਜ਼ ਉਹਦੇ ਸਰਵਾਈਵ ਕਰ ਰਹੇ ਨੇ ਠੀਕ ਹੈ ਠੀਕ ਹੈ ਜੀ ਠੀਕ ਹੈ ਉਹ ਗ੍ਰੀਨ ਵਰਡ ਦਾ ਸਰਵਾਈਵ ਕਰ ਹੀ ਨਹੀਂ ਸਕਦੇ ਨੇ ਬਿਲਕੁਲ ਬਿਲਕੁਲ ਇਹਨਾਂ ਲੰਮਾ ਚਿਰ ਵੀ ਤੁਹਾਡੇ ਕਿਹਾ ਮਤਲਬ ਇਹ ਆ ਵੀ ਇਹ ਲੰਮਾ ਸਮਾਂ ਵੀ ਆਪਣੇ ਆਪ ਦੇ ਨਾਲ ਆਪਣੀ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਨੇ ਕੁਝ ਪਲਾਂਟਸ ਅਸੀਂ 15-15 ਮਹੀਨਾ ਤੱਕ ਅਸੀਂ ਇਵਨ ਕਿ ਕੋਈ ਪਲਾਂਟਸ ਮੈਂ ਰੂਟ ਤੋਂ ਅਪ ਰੂਟ ਕੱਢ ਕੇ ਰੱਖ ਲਈਏ ਮਹੀਨੇ ਬਾਅਦ ਨੂੰ ਫਿਰ ਮੈਂ ਗਰੋ ਕਰਾਂ ਐਜ਼ ਇਟ ਗਰੋ ਹੋ ਜਾਏਗਾ ਜਿਸ ਅਸੀਂ ਕੋਈ ਪਲਾਂਟਸ ਬਾਹਰ ਮੰਗਾਣੇ ਆ ਵੀ ਬਾਈ ਟਰਾਂਸਪੋਰਟ ਹਾਂਜੀ ਜਾਂ ਬਾਹਰ ਮੰਗਾਏ ਮਿਨੀਮਮ ਜੋ ਡੇਜ਼ ਹੈ 5-15 ਡੇਜ਼ ਲੱਗਦੇ ਆ ਅੱਛਾ ਜੀ ਅਸੀਂ ਉਸ ਤੋਂ ਬਾਅਦ ਮੈਨੂੰ ਤੇ ਸਰਵਾਈਵ ਹੋ ਜਾਂਦਾ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਠੀਕ ਹੈ ਲੇਕਿਨ ਇਸ ਵਿੱਚ ਜਿੰਨੇ ਮੇਰੇ ਕੋਲ ਪਲਾਂਟਸ ਐਸੇ ਲਏ ਹਾਂਜੀ ਜਿਸ ਨੇ ਪੰਜਾਬ ਦਾ ਕਲਾਈਮੇਟ ਹੈ ਵੈਦਰ ਹੈ ਉਹ ਇਸ ਲਈ ਮੋਸਟਲੀ ਮੇਰੇ ਪਲਾਂਟਸ ਐਡਜਸਟ ਹੋ ਚੁੱਕੇ ਆਪਣੇ ਆਪ ਕਰ ਲਿਆ ਠੀਕ ਹੈ ਸੋ ਇਸੇ ਤਰ੍ਹਾਂ ਉਹਨਾਂ ਨੇ ਹੈਬਿਟੇਟ ਆਪਣਾ ਜਿਹੜਾ ਸਰਾਊਂਡਿੰਗ ਸਾਰਾ ਕਰ ਲਿਆ ਬਣਾ ਲਿਆ ਠੀਕ ਹੈ ਅਗਰ ਅਸੀਂ ਮੰਨ ਲਓ ਕਿ ਕੋਈ ਸਾਡੇ ਫਰੈਂਡਸ ਕੋਈ ਲੈ ਕੇ ਜਾਂਦਾ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਵੀ ਇਹ ਪਲਾਂਟਸ ਚੱਲੇਗਾ ਜਾਂ ਨਹੀਂ ਚੱਲੇਗਾ ਓਕੇ
ਕਿਉਂਕਿ ਸਰਵਾਈਵ ਹੋ ਚੁੱਕਾ ਹੈ ਇਸ ਐਟਮੋਸਫੇਅਰ ਨੂੰ। ਓਕੇ ਓਕੇ ਠੀਕ ਹੈ ਠੀਕ ਕੋਈ ਪ੍ਰੋਬਲਮ ਹੀ ਕੋਈ ਨਹੀਂ ਹੈ। ਠੀਕ ਹੈ ਸੁਣਕਰ ਜੇਕਰ ਅਸੀਂ ਗੱਲ ਕਰੀਏ ਤੁਹਾਨੂੰ ਪਹਿਲੇ ਸਲੈਬ ਤੋਂ ਜਿਵੇਂ ਤੁਸੀਂ ਆਪਣੇ ਰੱਖੇ ਹੋਏ ਨੇ ਬਹੁਤ ਸਾਰੇ ਐਸੇ ਕੈਰੈਕਟਰ ਨੂੰ ਥੋੜਾ ਜਿਹਾ ਉਹਨਾਂ ਦੇ ਬਾਰੇ ਸਾਡੇ ਫਰੈਂਡਸ ਨੂੰ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿਹੜੀ ਕਿਹੜੀ ਵੈਰਾਈਟੀ ਆ ਕਿਉਂਕਿ ਸਾਨੂੰ ਇਹਨਾਂ ਦੇ ਬਾਰੇ ਬਹੁਤਾ ਤਾਂ ਨਹੀਂ ਪਤਾ। ਸੋ ਤੁਸੀਂ ਇਸ ਦੇ ਨਾਲ ਬਹੁਤ ਜ਼ਿਆਦਾ ਡੀਪ ਵਿੱਚ ਜਾ ਚੁੱਕੇ ਹੋ ਤਾਂ ਸਾਨੂੰ ਇੱਥੋਂ ਸ਼ੁਰੂਆਤ। ਠੀਕ ਹੈ ਆਲਮੋਸਟ ਜੋ ਕੈਰੈਕਟਰਸ ਹੈ ਜੋ ਵੀ ਸੈਕੂਲਰ ਫੈਮਿਲੀ ਹੈ। ਅੱਛਾ ਜੀ ਸੈਕੂਲਰ ਦਾ ਕੋਈ ਡਿਵੀਜ਼ਨਸ ਹੈ? ਠੀਕ ਹੈ ਜੀ ਕੈਰੈਕਟਰਸ ਕੈਰੈਕਟਰਸ ਵਿਦ ਸਪਾਈਨਸ ਹੁੰਦੇ ਕਾਫੀ ਹੁੰਦੇ ਤੋਂ ਸੈਕੂਲਰ ਸਿਰਫ ਫਲਫੀ ਪੇਪਰਸ ਪੀਏ ਜੋ ਲੀਵਸ ਲੀਵਸ ਫਲਫੀ ਹੋਣਗੇ। ਅੱਛਾ ਜੀ ਕੈਰੈਕਟਰਸ ਵਿਦ ਸਪਾਈਨ ਹੋਣਗੇ। ਕੁਝ ਕੈਰੈਕਟਰ ਹੈ ਜੋ ਸਪਾਈਨਲੈਸ ਹੁੰਦੇ ਮੋਸਟਲੀ ਸਪਾਈਨ ਨਾਲ ਹੁੰਦਾ। ਉਹਨਾਂ ਦੀ ਫਲਾਵਰਿੰਗ ਬਹੁਤ ਅੱਛੀ ਹੁੰਦੀ ਇਹਨਾਂ ਦੀ ਫਲਾਵਰਿੰਗ ਵਾਲੇ ਸੀਜ਼ਨ ਦੇ ਆ ਕੇ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਮਈ ਜੂਨ ਜੁਲਾਈ ਅਗਸਤ ਤੱਕ ਚੱਲਦੀ ਹੈ ਫਲਾਵਰਿੰਗ। ਠੀਕ ਹੈ ਹੁਣ ਸਰ ਦੇਖੋ ਮੈਂ ਸਭ ਤੋਂ ਪਹਿਲਾਂ ਜਿਹੜੇ ਲਾਏ ਮੈਂ ਇਸ ਕਰਿਆ ਅਲੋ। ਹਾਂਜੀ ਇਸ ਕਿਉਂਕਿ ਲੋਕ ਜਿਹੜੇ ਮੋਸਟਲੀ ਕੋਸ਼ਿਸ਼ ਕੀ ਕਰਦੇ ਆ ਉਹ ਕੋਸ਼ਿਸ਼ ਕਰਦੇ ਆ ਅਸੀਂ ਇੱਕ ਵੈਰਾਈਟੀ ਇੱਕ ਜਾਂ ਦੋ ਵੈਰਾਈਟੀਆਂ ਰੱਖੀ ਹੈ ਇੱਕ ਦੋ ਵੈਰਾਈਟੀਆਂ ਵੀ ਕੰਪਲੀਟ ਉਸੇ ਦੇ ਉੱਪਰ ਜ਼ੋਰ ਦੇ ਦਈਏ। ਓਕੇ ਤੇ ਉਹ ਪੋਸੀਬਲ ਨਹੀਂ ਸਾਡੇ ਵਾਸਤੇ ਪੰਜਾਬ ਚ ਰਹਿ ਕੇ ਕੁੰਨਾ ਸਾਨੂੰ ਵੀ ਇੱਕ ਵੈਰਾਈਟੀ ਬੜੀ ਬਹੁਤ ਵੈਰਾਈਟੀ ਨਹੀਂ ਮਿਲਦੀ ਇੱਕ ਫੈਮਿਲੀ ਚ ਮੇਰੀਆਂ ਅਲੱਗ ਅਲੱਗ ਫੈਮਿਲੀਆਂ ਮੈਂ ਇਕੱਠੀਆਂ ਕੀਤੀਆਂ ਵੀ। ਅੱਛਾ ਜੀ ਠੀਕ ਹੈ ਤਾਂ ਕਿ ਫੈਮਿਲੀ ਦੇ ਇੱਕ ਟੇਸਟ ਸਭ ਫੈਮਿਲੀ ਦਾ ਅਲੱਗ ਅਲੱਗ ਹੋ ਜਾਂਦਾ ਉਹਦੀ ਫਿਰ ਜੇ ਜਰਮੀਨੇਸ਼ਨ ਵਾਲੀ ਅਲੱਗ ਅਲੱਗ ਹੈਗੀ। ਠੀਕ ਹੈ ਜੀ ਉਹਦੀ ਆਊਟਲੁੱਕ ਬਿਲਕੁਲ ਅਲੱਗ ਅਲੱਗ ਹੈਗੀ ਉਹਦੀ ਬੇਸਿਕ ਜੋ ਉਹਦੀ ਅਸੀਂ ਕਹਿ ਸਕਦੇ ਹਾਂ ਦੀ ਬੇਸਿਕ ਪੈਨੂੰ ਜੋ ਅਸੀਂ ਅਸੀਂ ਕਲਾਸੀਫਿਕੇਸ਼ਨ ਹੈ ਉਹ ਵੀ ਸੈਪਰੇਟ ਹੈ। ਓਕੇ ਜੀ ਠੀਕ ਹੈ ਠੀਕ ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਸੀ ਮੈਂ ਲੈ ਤੋਂ ਪਹਿਲਾਂ ਹਲੋ। ਹਾਂਜੀ ਹਲੋ ਅਸੀਂ ਆਮ ਤੌਰ ਤੇ ਦੇਖਦੇ ਹਾਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਲੋਕ ਕੀ ਕਰਦੇ ਹਨ ਲੋਕ ਹਲੋ ਅਸੀਂ ਕਿਸੇ ਨੂੰ ਕਹੀ ਅਸੀਂ ਅਲੋ ਲੈਤੀ ਹੈ ਲੋ ਚ ਇੱਕ ਸਾਡੇ ਜੋ ਕੋਮਨ ਲੋ ਆਉਂਦੀ ਜਿਹਦੀ ਮੈਡੀਸਨ ਬਹੁਤ ਜ਼ਿਆਦਾ ਬਣਦੀ ਹੈ ਅਸੀਂ ਉਹ ਲੋ ਯੂਜ ਕਰਦੇ ਹਾਂ ਕੋਮਨਲੀ ਉਹ ਕਿਸੇ ਜਿਹਨੂੰ ਅਸੀਂ ਐਲੋਵੇਰਾ ਕਹਿੰਦੇ ਹਾਂ ਜਿਸ ਐਲੋਵੇਰੇ ਦੀ ਪਲਪ ਕੱਢ ਕੇ ਕੁਛ ਕੁਛ ਖਾਣ ਦੇ ਕੰਮ ਆਉਂਦੀ ਹੈ ਕੁਛ ਪਲਾਂਟ ਦੇ ਕੁਛ ਸੋਲੂਸ਼ਨ ਵਗੈਰਾ ਬਣਾਉਂਦੇ ਆ ਬਿਲਕੁਲ ਜੀ ਕੁਛ ਸੂਪ ਬਣਾ ਕੇ ਸੌਸ ਬਣਾਉਂਦੇ ਲੇਕਿਨ ਉਹ ਅਗਰ ਸਾਡੀ ਉਹ ਅਲੋ ਹੈ ਅਗਰ ਅਸੀਂ ਕੱਚੀ ਅਲੋ ਵੀ ਖਾਈਏ ਅੱਛਾ ਉਹ ਸਾਡੀ ਬੋਡੀ ਵਾਸਤੇ ਬੜੀ ਇਫੈਕਟਿਡ ਹੈ। ਅੱਛਾ ਜੀ ਹੁਣ ਸਾਡੀ ਅਲੋ ਦੇਖੋ ਅਲੋ ਹੈ ਡਿਫਰੈਂਟ ਸਭ ਡਿਫਰੈਂਟ ਅਲੋ ਹੈ। ਅੱਛਾ ਜੀ ਕੈਨ ਅਲੋਜ਼ ਹੈਗੀਆਂ ਇਹਨਾਂ ਦੀ ਬੋਡੀ ਸਟਰਕਚਰ ਵੀ ਅਲੱਗ ਅਲੱਗ ਹੈ ਇਹਦੇ ਸਪਾਈਨਸ ਵੀ ਅਲੱਗ ਅਲੱਗ ਹੈ। ਸੋ ਦੇਖੋ ਸਾਨੂੰ ਦੇਖਣ ਨੂੰ ਇਹ ਲੱਗ ਰਹੀ ਹੈ ਕਿ ਜਿਵੇਂ ਸੇਮ ਤਰ੍ਹਾਂ ਦੀ ਆ ਪਰ ਅੰਕਲ ਜੀ ਦੱਸ ਰਹੇ ਕਿ ਨਹੀਂ ਇਹ ਅਲੱਗ ਅਲੱਗ ਤਰ੍ਹਾਂ ਦੀ ਹੈਗੀ ਇਹਨਾਂ ਦੀ ਕਲਾਸੀਫਿਕੇਸ਼ਨ ਇਹਨਾਂ ਦੀ ਫੈਮਿਲੀ ਉਹ ਸਾਰੇ ਉਹਦੇ ਬਾਰੇ ਦੱਸਨੇ ਕਿ ਨਹੀਂ ਇਹ ਸਾਨੂੰ ਦੇਖਣ ਨੂੰ ਜਿਹੜੀ ਚੀਜ਼ ਹੈ ਉਹ ਸੇਮ ਲੱਗ ਰਹੀ ਪਰ ਇਹਨਾਂ ਦੇ ਲਈ ਕਹਿ ਰਹੇ ਨੇ ਕਿ ਇਹ ਬਿਲਕੁਲ ਡਿਫਰੈਂਟ ਹੈ। ਹਾਂਜੀ ਜੀ ਕਿਉਂ ਦੇਖੋ ਜੀ ਜਿਸ ਲੋ ਹੈ ਅਸੀਂ ਪ੍ਰੋਪੋਜੀਸ਼ਨ ਸਾਰੀ ਜਿਹੜੀ ਹੈ ਪ੍ਰੈਪੀਗੇਟ ਕਰਦੇ ਹਾਂ ਅਸੀਂ ਇਹਦੇ ਕਿਡਸ ਤੋਂ ਕਰਦੇ ਹਾਂ ਸਾਰੇ ਕਿਡਸ ਤੋਂ ਕੱਢਦੇ ਹਾਂ ਲੇਕਿਨ ਇਹਦੇ ਸੀਡਸ ਤੋਂ ਵੀ ਗਰੋ ਹੋ ਜਾਂਦੇ ਆ। ਅੱਛਾ ਜੀ ਇਸ ਤੋਂ ਵੀ ਗਰੋ ਹੋ ਜਾਂਦੇ ਆ। ਅੱਛਾ ਜੀ ਅਸੀਂ ਲੇਕਿਨ ਅਸੀਂ ਇਹਨਾਂ ਦੇ ਆਪ ਰੂਟ ਕੱਢ ਕੇ ਅਸੀਂ ਪਲਾਂਟਸ ਵਿੱਚੋਂ ਕੱਢ ਕੇ ਉਹਨੂੰ ਅਸੀਂ ਗਰੋ ਕਰ ਲੈਂਦੇ ਹਾਂ ਪਪਸ ਤੋਂ ਹੀ ਤੁਸੀਂ ਪਪਸ ਤੋਂ ਹੀ ਅਸੀਂ ਗਰੋ ਕਰਦੇ ਆ ਇਹ ਨਹੀਂ ਕਿ ਅਸੀਂ ਪਲਾਂਟਸ ਮਗਾਈਏ ਇਹ ਸਾਰੀ ਸੈਂਸਵੇਰੀ ਹੈ ਇਸਮੇ ਲੋ ਵੈਰਾਈਟੀਆਂ ਹੈ ਦੇਖੋ ਲੋ ਵੈਰਾਈਟੀ ਕਿਤਨੀ ਹੈ ਆ ਵੀ ਲੋ ਹੈ ਆ ਵੀ ਲੋ ਹੈ ਸੋ ਦੇਖੋ ਜੀ ਮਤਲਬ ਸਾਰੇ ਹੈਗੀ ਐਲੋਵੇਰਾ ਹੁਣ ਦੇਖੋ ਇਸ ਲਈ ਹੁਣ ਵਿੰਟਰ ਸ਼ੁਰੂ ਹੋ ਜਾਏਗਾ ਹਾਂਜੀ ਹਾਂਜੀ ਜਿਸ ਤਰ੍ਹਾਂ ਵਿੰਟਰ ਇਹਨਾਂ ਦੀ ਜੋ ਸ਼ੇਪ ਔਰ ਕਲਰਸ ਬਿਲਕੁਲ ਚੇਂਜ ਹੋ ਜਾਣਗੇ। ਅੱਛਾ ਜੀ ਕਿਉਂਕਿ ਅਸੀਂ ਪਾਣੀ ਦੇਣਾ ਬਿਲਕੁਲ ਬੰਦ ਕਰ ਦੇਣਾ ਪਲਾਂਟਸ ਨੂੰ। ਅੱਛਾ ਜੀ ਬਿਲਕੁਲ ਬੰਦ ਆ ਪਲਾਂਟ ਕਰਨਾ ਔਰ ਬਾਹਰੋਂ ਨੂੰ ਕੋਲਡ ਮਿਲਣਾ ਹੈ ਉਸ ਨੇ ਕੀ ਹੋ ਜਾਏਗਾ ਇਹਨਾਂ ਦੇ ਰੈਡੀਸ਼ ਇਹਨਾਂ ਜੋ ਗ੍ਰੀਨ ਹੈ ਹਾਂਜੀ ਇਹ ਗ੍ਰੀਨ ਰੈਡੀਸ਼ ਹੋਣੇ ਸ਼ੁਰੂ ਹੋ ਜਾਣਗੇ। ਠੀਕ ਹੈ ਜੀ ਠੀਕ ਜਿੰਨੇ ਵੀ ਸੈਕੂਲੈਂਟਸ ਹੈ ਉਹ ਗੱਲ ਸ਼ੇਡ ਚੇਂਜ ਕਰ ਜਾਣਗੇ ਸੈਕੂਲ ਰੈਡੀਸ਼ ਆ ਜਾਣਗੇ। ਠੀਕ ਹੈ ਜੀ ਹੁਣ ਆ ਦੇਖੋ ਦੂਸਰੀ ਆ ਕਿ ਇਹਦੀ ਆਪਣੀ ਉਹ ਬਿਊਟੀ ਹੈ ਇਹਦੀ ਆਪਣੀ ਬਿਊਟੀ ਹੈ ਬਿਲਕੁਲ ਬਿਊਟੀ ਅਲੱਗ ਹੈ। ਵਾਹ ਜੀ ਸੋ ਦੇਖੋ ਅਲੱਗ ਅਲੱਗ ਬਿਊਟੀ ਦੇ ਨਾਲ ਇਹਨਾਂ ਦੀ ਕਲਾਸੀਫਿਕੇਸ਼ਨ ਹੈਗੀਆਂ ਨੇ ਜਿਵੇਂ ਲਾਈਏ ਹੁਣ ਜਿਹੜੀ ਆਮ ਉਹ ਚੱਲਦੀ ਸਾਡੀ ਆ ਕ੍ਰਿਸਮਸ ਨੂੰ ਸੀ ਕਿ ਆਮ ਤੋਂ ਕਹਿੰਦੇ ਕ੍ਰਿਸਮਸ ਲੋਕ ਕਹਿੰਦੇ ਨੇ ਇਸ ਦੀ ਬੜੀ ਫੈਮਿਲੀ ਹੈ ਕ੍ਰਿਸਮਸ ਲੋਕ। ਅੱਛਾ ਜੀ ਕ੍ਰਿਸਮਸ ਇਸ ਦੀ ਖਾਸੀਅਤ ਹੈ ਕਿ ਇਹਦੇ ਗਰੂਵਸ ਇਹਨਾਂ ਉੱਪਰ ਉੱਠੇ ਹੁੰਦੇ ਸਾਰੇ ਦੇਖੋ ਵਾਹ ਜੀ ਵਾਹ ਔਰ ਇਹ ਰੈੱਡ ਸਪਾਈਨਸ ਹੋਣਗੇ ਇਸ ਤੋਂ ਰੈੱਡ ਸਪਾਈਨਸ ਸ਼ੁਰੂ ਹੋਣਗੀਆਂ। ਸੋ ਦੇਖੋ ਜਿਵੇਂ ਅਸੀਂ ਕਹਿ ਲੈਂਦੇ ਕਿ ਜੌਰੀ ਹੀ ਹੀਰੇ ਦੀ ਪਛਾਣ ਕਰ ਸਕਦਾ ਤੇ ਉਸੇ ਤਰੀਕੇ ਨਾਲ ਅੰਕਲ ਜੀ ਨੇ ਮੈਨੂੰ ਪਹਿਲਾਂ ਬੇਸਿਕ ਡਿਫਰੈਂਸ ਇਹ ਦੱਸਤਾ ਕਿ ਦੇਖੋ ਉਹਦੇ ਜਿਹੜੇ ਉੱਪਰ ਪੈਟਰਨਸ ਬਣੇ ਹੋਏ ਨੇ ਉਹ ਲੀਫ ਦੇ ਉੱਪਰ ਬਣੇ ਹੋਏ ਨੇ ਪਰ ਬਾਕੀਆਂ ਦੇ ਵਿੱਚ ਜਿਹੜੀ ਆ ਉਹ ਇਹ ਚੀਜ਼ ਵਾਕਈ ਹੁਣ ਇਹਨਾਂ ਨੇ ਦੱਸਿਆ ਤੇ ਮੈਨੂੰ ਹੁਣ ਦੋਨਾਂ ਵਿੱਚ ਡਿਫਰੈਂਸ ਕਰਨ ਨੂੰ ਦੇਖਣ ਨੂੰ ਮਿਲ ਰਿਹਾ। ਸੋ ਬਹੁਤ ਵਧੀਆ ਗੱਲ ਹੈ ਜੀ ਜਿਸ ਤਰ੍ਹਾਂ ਵਿੰਟਰ ਸੀਜ਼ਨ ਸ਼ੁਰੂ ਹੋਏਗਾ ਕਲਰ ਚੇਂਜ ਹੋਏਗਾ ਜਿਸ ਤਰ੍ਹਾਂ ਹੀ ਜੈਸੇ ਗਰਮੀ ਸ਼ੁਰੂ ਹੋਣਗੀਆਂ ਗਰਮੀ ਹੋਣ ਤੋਂ ਬਾਅਦ ਇਹਨਾਂ ਦਾ ਕਲਰ ਗ੍ਰੀਨ ਹੋ ਜਾਏਗਾ। ਠੀਕ ਹੈ ਜੀ ਕਿਉਂਕਿ ਗਰਮੀਆਂ 'ਚ ਇਹਨਾਂ ਅਸੀਂ ਵਾਟਰਿੰਗ ਜ਼ਿਆਦਾ ਦੇਣੀ ਹੈ ਸਰਦੀਆਂ ਵਾਟਰਿੰਗ ਬੰਦ ਕਰ ਦੇਣੀ ਆ ਉਹ ਕਲਾਈਮੇਟ ਨਾਲ ਚੇਂਜ ਹੋ ਜਾਏਗਾ ਕਲਾਈਮੇਟ ਨਾਲ ਚੇਂਜ ਹੋ ਗਿਆ ਬਿਲਕੁਲ ਬਿਲਕੁਲ। ਉਸ ਤੋਂ ਸਾਡੀ ਇੱਕ ਵੈਰਾਈਟੀ ਇਸਨੂੰ ਕਹਿੰਦੇ ਯੂਫੋਰਬੀਆ ਯੂਫੋਰਬੀਆ ਇਹਨਾਂ ਯੂਫੋਰਬੀਆ ਯੂਫੋਰਬੀਆ ਫੈਮਿਲੀ 'ਚ ਬਹੁਤ ਵੈਰਾਈਟੀਜ਼ ਆਉਂਦੀਆਂ। ਹਾਂਜੀ ਦੇਖੋ ਆਹ ਵੀ ਯੂਫੋਰਬੀਆ। ਅੱਛਾ ਜੀ ਹੁਣ ਇਸ ਚੀਜ਼ ਦੀ ਯੂਫੋਰਬੀਆ ਕੀ ਪਹਿਚਾਨ ਲੈ ਜਿਸ ਅਸੀਂ ਦਾ ਪਲੱਕ ਕਰਨਾ ਹੈ। ਹਾਂਜੀ ਇਸ ਤੋਂ ਵੀਟ ਮਿਲਕ ਨਿਕਲਿਆ। ਅੱਛਾ ਜੀ ਉਹ ਜਿਹੜਾ ਉਹ ਵੀਟ
ਤੁਸੀਂ ਕਮ ਤੋਂ ਕਮ ਸੇ 5-6 ਘੰਟੇ ਦਾ ਬਰਦਾਸ਼ਤ ਨਹੀਂ ਕਰ ਸਕਦੇ ਓਕੇ ਓਕੇ ਉਹ ਬਿਲਕੁਲ ਇਸ ਤਰ੍ਹਾਂ ਲੱਗੇ ਜਿਵੇਂ ਕਿਸੇ ਨੂੰ ਕੋਈ ਐਸੀ ਜਲਨ ਜਵਾਸ਼ੀ ਚੱਲ ਪਈ ਸੋ ਦੱਸ ਰਹੇ ਨੇ ਕਿ ਵਾਕਿਆ ਇਹ ਵਿੱਚ ਥੋੜਾ ਜਿਹਾ ਜਿਹੜਾ ਲਿਕੁਇਡ ਨਿਕਲਦਾ ਉਹ ਸਾਨੂੰ ਬੜਾ ਖਿਆਲ ਰੱਖਣਾ ਪੈਂਦਾ ਇਸ ਚੀਜ਼ ਦਾ ਹਾਂਜੀ ਸੋ ਇਰੀਟੇਸ਼ਨ ਦੇਣ ਲੱਗ ਪੈਂਦਾ ਹੈ ਜੇਕਰ ਅਸੀਂ ਉਹਨੂੰ ਅੱਖਾਂ ਦੇ ਉੱਤੇ ਲੱਗ ਜਾਏ ਪਰ ਫਿਰ ਵੀ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਵੀ ਪਰ ਫਿਰ ਵੀ ਅੰਕਲ ਜੀ ਨੇ ਇਸ ਵੈਰਾਈਟੀ ਨੂੰ ਜਿਹੜਾ ਆ ਉਹ ਆਪਣੇ ਨਾਲ ਰੱਖਣ ਦੀ ਜਿਹੜੀ ਆ ਉਹ ਪੂਰੀ ਇਹਦੇ ਵਿੱਚ ਫੈਮਿਲੀ ਨੂੰ ਬਣਾਇਆ ਹੋਇਆ ਹੈ ਪਰ ਦੋ ਵਾਰ ਚਾਂਸ ਹੋ ਚੁੱਕੇ ਹਨ ਮਿਲਕੀ ਵਾਲੇ ਅੱਛਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਫਿਰ ਸਾਡੀ ਇੱਕ ਵੈਰਾਈਟੀ ਹੈ ਗੈਸਟੇਰੀਆ ਸੋ ਦੇਖੋ ਜੀ ਜਿੱਤੋਂ ਅਸੀਂ ਦੇਖ ਕੇ ਜਾਂ ਦੂਰੋਂ ਹੀ ਡਰ ਜਾਂਦੇ ਹਾਂ ਅੰਕਲ ਜੀ ਨੇ ਉਹਨਾਂ ਨੂੰ ਕਿੰਨੇ ਪਿਆਰ ਸਾਨੂੰ ਕੋਈ ਪੁਰਾਣੇ ਸਪਾਈਸ ਆ ਸਾਨੂੰ ਸਪਾਈਸ ਅੱਛੇ ਲੱਗਦੇ ਨੇ ਅੰਕਲ ਜੀ ਕਹਿੰਦੇ ਨੇ ਕਿ ਮੈਨੂੰ ਪਹਿਲਾਂ ਦੱਸੇ ਸੀ ਆਫ ਕੈਮਰਾ ਕਹਿੰਦੇ ਕਿ ਜਦੋਂ ਮੇਰੇ ਹੱਥ ਕਿਸੇ ਲਈ ਵੱਜ ਜਾਂਦੇ ਨੇ ਤਾਂ ਰਾਤ ਨੂੰ ਉਹਨਾਂ ਦੀ ਫੀਲਿੰਗ ਹੀ ਸਾਨੂੰ ਜਿਹੜੀ ਆ ਉਹ ਅਲੱਗ ਚੀਜ਼ ਹੁੰਦੀ ਹੈ ਕਿ ਅਸੀਂ ਕਿਵੇਂ ਇਹਨਾਂ ਚੀਜ਼ਾਂ ਨੂੰ ਕੇਅਰ ਕਰ ਰਹੇ ਹਾਂ ਇਹਨਾਂ ਨੂੰ ਕਿਵੇਂ ਪਾਲ ਰਹੇ ਹਾਂ ਵਾਹ ਸੋ ਅਸੀਂ ਦੂਰੋਂ ਹੀ ਇਹਨੂੰ ਲਗਾਉਂ ਹੱਥ ਲਾਉਣ ਤੋਂ ਵੀ ਡਰਦੇ ਹਾਂ ਤੇ ਇਹਨਾਂ ਨੇ ਪੂਰੀ ਉਸ ਕਲੈਕਸ਼ਨ ਨੂੰ ਇੱਥੇ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਹੁਣ ਅਸੀਂ ਆਵਰਤੀ ਦਿਖਾਈਏ ਦੇਖੋ ਮਲਟੀ ਕਲਰ ਆਵਰਤੀ ਹੈ ਆਵਰਤੀ ਦੇ ਬਹੁਤ ਫੈਮਿਲੀਜ਼ ਹੈਗੀਆਂ ਅੱਛਾ ਜੀ ਸਰਦੀਆਂ ਸਾਰੀ ਸਰਦੀਆਂ ਪਾਣੀ ਦੇਣ ਦੀ ਲੋੜ ਨੀ ਸਰਦੀਆਂ ਨੂੰ ਲੋੜ ਨਹੀਂ ਲੋੜਨੀ ਪਰ ਇੱਕ ਗੱਲ ਹੈ ਜਿਸ ਤਰ੍ਹਾਂ ਇੱਕ ਵਾਟਰ ਸਾਡੀ ਵਾਸਤੇ ਨੈਸੈਸਿਟੀ ਹੈ ਹਾਂਜੀ ਉਹ ਸਿਰਫ ਪਲਾਂਟ ਵਾਸਤੇ ਨੈਸੈਸਰੀ ਹੈ ਅੱਛਾ ਜੀ ਗ੍ਰੀਨ ਪਲਾਂਟ ਹੋਣ ਕੈਕਟਸ ਹੋਣ ਸੈਕੂਲੈਂਟ ਹੋਣ ਅੱਛਾ ਜੀ ਲੇਕਿਨ ਪਾਣੀ ਤਾਂ ਉਹਨਾਂ ਚਾਹੀਦਾ ਅੱਛਾ ਜੀ ਕਿਸ ਸਟੇਜ ਤੇ ਚਾਹੀਦਾ ਅਸੀਂ ਡਿਸਾਈਡ ਕਰਨਾ ਸੋ ਇਹੀ ਚੀਜ਼ ਹੈ ਕਿ ਜਿਹੜੀ ਸਟੱਡੀ ਜਿਹੜੀ ਆ ਉਹ ਅੰਕਲ ਜੀ ਦੀ ਇਹ ਦੱਸ ਰਹੀ ਹੈ ਕਿ ਕਦੋਂ ਕਿੰਨਾ ਪਾਣੀ ਕਦੋਂ ਪਾਉਣਾ ਹੈ ਤੇ ਇਹ ਸਾਰਾ ਚੀਜ਼ ਇਹਨਾਂ ਨੂੰ ਪਤਾ ਹੈ ਕਿਉਂਕਿ ਸਾਨੂੰ ਕਈ ਮਿਲਦੇ ਆ ਸ਼ਾਇਦ ਤੁਸੀਂ ਵੀ ਕਹਿ ਵੀ ਇਹਨਾਂ ਅੰਕਲ ਨੇ ਲਾਏ ਹੋਏ ਆ ਪਾਣੀ ਦੇਣ ਦੀ ਜ਼ਰੂਰਤ ਨਹੀਂ ਕੈਕਟਸ ਨੂੰ ਕੈਕਟਸ ਰਿਕੁਆਇਰ ਪਾਣੀ ਰਿਕੁਆਇਰ ਕਰਦਾ ਅੱਛਾ ਜੀ ਕੋਈ ਜੀਵ ਬੰਦਾ ਕੋਈ ਜਿਸੇ ਵਾਟਰ ਉਹਨਾਂ ਨੈਸੈਸਿਟੀ ਵਾਟਰ ਹੈ ਇਹਨਾਂ ਦੀ ਅੱਛਾ ਜੀ ਇਹ ਕਿੰਨੀ ਨੈਸੈਸਿਟੀ ਆਪਾਂ ਅਲੱਗ ਅਲੱਗ ਕਰਦਾ ਠੀਕ ਹੈ ਜੀ ਬਿਨਾਂ ਨੈਸੈਸਿਟੀ ਤੋਂ ਨਹੀਂ ਹੈਗਾ ਠੀਕ ਹੈ ਜੀ ਸੋ ਉਹ ਤੁਹਾਡਾ ਐਕਸਪੀਰੀਅੰਸ ਜਿਹੜਾ ਆ ਉਹ ਇਹਨਾਂ ਦੇ ਨਾਲ ਹੈਗਾ ਜੀ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਰਾਜਸਥਾਨ ਚ ਜਿਸੇ ਰੇਗਿਸਤਾਨ ਡੈਜ਼ਰਟ ਹੈ ਹਾਂਜੀ ਉੱਥੇ ਪਲਾਂਟ ਸਾਡੇ ਬਹੁਤ ਸਰਵਾਈਵ ਕਰਦੇ ਆ ਬਹੁਤ ਹੈਲਦੀ ਹੈਲਦੀ ਪਲਾਂਟਸ ਆ ਹਾਂਜੀ ਉਹਦੀ ਰੀਜ਼ਨਿੰਗ ਹੈ ਹਾਂਜੀ ਹੁਣ ਜਿਸ ਅਸੀਂ ਇਹੀ ਕਹਿ ਰਹੇ ਇਸ ਦਾ ਐਗਜ਼ਾਮਪਲ ਦਿੰਨੇ ਵੀ ਰੀਜ਼ਨਿੰਗ ਹੈ ਦੇਖੋ ਜੀ ਉੱਥੇ ਰੇਗਿਸਤਾਨ ਤੇ ਪਾਣੀ ਬਿਲਕੁਲ ਹੀ ਨਹੀਂ ਹੈ ਤੁਸੀਂ ਕਹਿੰਦੇ ਪਾਣੀ ਚਾਹੀਦਾ ਉਹ ਪਾਣੀ ਆਪਣਾ ਉਹ ਰਾਤ ਨੂੰ ਕਵਰ ਕਰਦੇ ਆ ਅੱਛਾ ਜੀ ਰਾਤ ਨੂੰ ਕੋਲਡ ਕਲਾਈਮੇਟ ਹੋ ਜਾਂਦਾ ਹਾਂਜੀ ਹਾਂਜੀ ਜੋ ਹਵਾ ਚ ਮੋਇਸਚਰ ਹੈ ਉਹਨਾਂ ਤੋਂ ਪਿਕ ਕਰ ਲੈਣਾ ਅਬਜ਼ਾਰਬ ਕਰ ਲੈਣਾ ਸਾਰਾ ਅਬਜ਼ਾਰਬ ਕਰ ਲੈਣਾ ਉਸੇ ਦੇ ਸਾਰੇ ਉਹ ਚੱਲਦੇ ਆ ਰੇਗਿਸਤਾਨ ਚ ਪਲਾਂਟ ਬਿਲਕੁਲ ਬਿਲਕੁਲ ਮਤਲਬ ਅਸੀਂ ਉਸ ਨੂੰ ਫਿਰ ਵੀ ਜਿਹੜਾ ਗਲਤ ਲੈ ਲੈਣੇ ਕਿ ਉੱਥੇ ਸੁੱਕੇ ਚੱਲਦੇ ਤੇ ਇੱਥੇ ਨਾ ਨਾ ਪਾਣੀ ਉਹ ਅਬਜ਼ਾਰਬ ਕਰ ਦੇਣਾ ਅਬਜ਼ਾਰਬ ਕਰ ਲੈਂਦੇ ਸੀ ਅਸੀਂ ਲੰਨੇ ਰਾਤ ਸੋਈਏ ਉੱਥੇ ਕੰਬਲਾਂ ਦੀ ਜ਼ਰੂਰਤ ਪੈਂਦੀ ਰਾਤ ਨੂੰ ਬਿਲਕੁਲ ਬਿਲਕੁਲ ਨਾ ਤਾਂ ਫਿਰ ਉੱਥੇ ਦੇਖੋ ਪਾਣੀ ਅੰਦਰ ਧੁੱਪ ਨਿਕਲਦੀ ਪਾਣੀ ਖਤਮ ਹੋ ਜਾਂਦਾ ਉਹ ਆਪਣੇ ਅਬਜ਼ਾਰਬ ਕਰ ਲੈਂਦੇ ਆ ਅਬਜ਼ਾਰਬ ਕਰ ਲੈਂਦੇ ਠੀਕ ਹੈ ਜੀ ਹਾਂਜੀ ਅੱਗੇ ਆ ਦੇਖੋ ਜੀ ਸੋ ਆਓ ਅਗਲੇ ਸੈਕਸ਼ਨ ਚ ਲੈ ਜਾਓ ਆ ਤਾਂ ਕਿ ਯੂ ਫੋਰ ਮੀ ਹੈ ਜੀ ਸਾਰੀ ਸੋ ਅੰਕਲ ਜੀ ਮੈਂ ਇੱਕ ਚੀਜ਼ ਤੇ ਤੁਹਾਨੂੰ ਰੋਕਣਾ ਚਾਹਾਂਗਾ ਕਿ ਇਹ ਜੋ ਸਾਰੀ ਵੈਰਾਈਟੀ ਤੁਸੀਂ ਇੱਥੇ ਆਪਣੇ ਕਲੈਕਸ਼ਨ ਲਗਾਈ ਹੋਈ ਹੈ ਕੀ ਤੁਹਾਨੂੰ ਸਾਰੀ ਇੱਥੋਂ ਲੋਕਲ ਅਵੇਲੇਬਲ ਹੋ ਜਾਂਦੀ ਸੀ ਨਹੀਂ ਜੀ ਲਿਸਟ ਲੋਕਲ ਬਿਲਕੁਲ ਨਹੀਂ ਅਵੇਲੇਬਲ ਹੁੰਦੀ ਮਾ ਸਾਡੇ ਅੰਮ੍ਰਿਤਸਰ ਚ ਕਹੀਏ ਤੇ ਇੱਕ ਦੋ ਹੈਗੇ ਫਰੈਂਡ ਸਾਡੇ ਅੱਛਾ ਜੀ ਜਿਹੜੇ ਸ਼ੌਕੀਨ ਹੈ ਅੱਛਾ ਜੀ ਇੱਕ ਦੋ ਨਵੇਂ ਹੋਏ ਆ ਇੱਕ ਦੋ ਪੁਰਾਣੇ ਆ ਅੱਛਾ ਜੀ ਲੇਕਿਨ ਸਾਡੀ ਜਿਹੜੀ ਕਲੈਕਸ਼ਨ ਮੋਸਟਲੀ ਆਨਲਾਈਨ ਜਾਂ ਬਾਹਰੋਂ ਪਰਚੇਜ਼ ਹੈ ਠੀਕ ਹੈ ਸੋ ਮੈਨੂੰ ਅੰਕਲ ਜੀ ਇਹ ਵੀ ਦੱਸ ਰਹੇ ਕਿ ਬਾਰਟਰ ਸਿਸਟਮ ਵਾਟਰ ਸਿਸਟਮ ਹੈ ਸਾਡਾ ਹਾਂ ਤੇ ਉਹ ਬਾਰਟਰ ਸਿਸਟਮ ਦੇ ਨਾਲ ਐਕਸਚੇਂਜ ਕਰਦੇ ਨੇ ਜੋ ਕਿਸੇ ਕੋਲੇ ਹੋਏ ਲੈ ਲੈਂਦੇ ਨੇ ਆਪਣੇ ਨੂੰ ਐਕਸਚੇਂਜ ਕਰ ਲੈਂਦੇ ਨੇ ਔਰ ਮੋਰਓਵਰ ਇਹ ਵੀ ਦੱਸ ਰਹੇ ਸੀ ਕਿ ਇਹਨਾਂ ਨੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਕਮਿਊਨਿਟੀ ਵੀ ਉਹ ਜੁਆਇਨ ਕੀਤੀਆਂ ਹੋਈਆਂ ਜਿਨ੍ਹਾਂ ਵਿੱਚ ਇਸ ਦੇ ਬਾਰੇ ਹੀ ਸਾਰਾ ਐਕਸਚੇਂਜ ਕਰਦੇ ਆ ਸਾਰੀ ਪਲਾਂਟੇਸ਼ਨ
जो चीज की है जो कस्टमर है या वो प्लांट्स कहता है देखो इमीडिएटली फ्लावर हो जाए फ्लावर आ जाए फ्लावर सी वो प्लांट लेना है या चीप प्लांट दो चीज दो कंडीशन दो कंडीशन होंगी जी ठीक है कुछ लोग जो हाई जेंट्रीज है उन्होंने चीजें और प्लांट लेने की करते हैं संभाले जावे या ना संभाले जावे लेन कोशिश करते हैं ले लिए ठीक है उस चीज की वो सिर्फ क्रेजी है कुछ प्लांट्स है जो विद इन ईयर दे देने मोस्टली टाइम लगता है ठीक है सो मतलब इस चीज विच तुसी बहुत ही कह लो कि धीरज रख दियो कि इस चीज नु बहुत ध्यान रखना और सीधी अगर सीधी शील्डिंग लगाई है हां जी शील्डिंग लाने वास्ते एक प्लांट से शील्ड लाना है तब 6 टू 1 ईयर अच्छा जी से की हाफ सेंटीमीटर प्लांट्स होता है अच्छा जी प्रॉपर जो शील्डिंग है ना शील्डिंग जो करता है अच्छा शील्डिंग की मास्टरी करवाई है उन्होंने मास्टरी कर ली उन्होंने ठीक है उन्होंने पॉट असल में भरे हैं शील्डिंग से वाह जी वाह बहुत चीज शील्डिंग कराई ग्राफ्टिंग कराई उन्होंने अच्छा जी कैक्टस की ग्राफ्टिंग दी वाकई ही है वो जड़ी अक्सर देखी जाती है सोशल मीडिया पे कट के लगाता जाता है स्टूडेंट है हिंदू कॉलेज का अच्छा जी वो मेरे नाल अटैच होया और से उन्होंने प्रिपरेशन करने मटेरियल तैयार करना था ठीक है जी जो सॉइल मिक्सचर आउट बनाना होता है कितना सी ठीक सुन U4 भी दिखाइए हाँ देखो जी हाँ U4 बड़ी रेयर वैरायटी हैगी है अच्छा जी हाँ काफी U4 भी है एक अच्छा। अलग वैरायटी U4 भी है ये भी U4 वैरायटीज हैं ठीक है जी ਇਕ ਆ ਵੀ ਆਵ ਯੂ ਫੋਰੀ ਬ੍ਰੈਡਸ ਦੇਖੋ ਬੜੇ ਸਪਾਈਨਸ ਤੇ ਕਿੰਨੇ ਕਿੰਨੇ ਬੜੇ ਸਪਾਈਨਸ ਵਾਹ ਜੀ ਵਾਹ ਦੇਖੋ ਕੰਡੇ ਇੰਨੇ ਲੱਗੇ ਹੋਏ ਆ ਵੀ ਫੇਰ ਵੀ ਆ ਯੂ ਫੋਰ ਵੀ ਆ ਯੂ ਬੰਚ ਬਣਿਆ ਹੋਇਆ ਹਾਂ ਜੀ ਹਾਂ ਜੀ ਮਤਲਬ ਯੂ ਫੋਰੀ ਜਿਸ ਬਹੁਤ ਵੈਰਾਈਟੀਆਂ ਦੇਖੋ ਇੱਧਰ ਦੇਖੋ ਆਵ ਯੂ ਫੋਰ ਵੀ ਆ ਯੂ ਫੋਰ ਵੀ ਵੈਰਾਈਟੀ ਹੈ ਆਵ ਆ ਯੂ ਫੋਰ ਵੀ ਵੈਰਾਈਟੀਜ਼ ਹੈ ਸਾਰੀ ਮਤਲਬ ਡਿਫਰੈਂਟ ਡਿਫਰੈਂਟ ਯੂ ਫੋਰ ਵੀ ਵੈਰਾਈਟੀਆਂ ਦੇਖੋ ਕਿਸ ਤਰ੍ਹਾਂ ਬੰਚ ਬਣਿਆ ਹੋਇਆ ਦਾ ਯੂ ਫੋਰ ਵੀ ਦਾ ਸੋ ਦੇਖੋ ਕਿੰਨੀ ਇਹਨਾਂ ਦੀ ਖੂਬਸੂਰਤੀ ਅਲੱਗ ਹੈ ਪਰ ਜਿਹੜੇ ਪਰਸਨ ਨੂੰ ਇਹਦੇ ਬਾਰੇ ਨਹੀਂ ਪਤਾ ਉਹਦੇ ਲਈ ਸਾਰੇ ਸੇਮ ਨੇ ਦੇਖੋ ਇਹ ਬੜੇ ਸਾਡੇ ਨਾਲ U4 ਹੈ ਬੜੇ ਰੇ ਆ ਦੇਖੋ ਬਹੁਤ ਰੇਅਰ ਪਲਾਂਟ ਹੈ ਅੱਛਾ ਜੀ ਹਾਂ ਜੀ ਉਹਨੇ 2000 ਤੋਂ ਹੋਸਟ ਕਰਦਾ ਇਸ ਲਈ ਪਲਾਂਟ ਹੈ ਅੱਛਾ ਜੀ ਪਰ ਦੇਖੋ ਜੀ ਅੰਕਲ ਦੱਸੇ ਕਿ ਕਟਕੋਟ 2000 ਦਾ ਇਹ ਪੌਟ ਹੈ ਤੇ ਸਾਨੂੰ ਦੇਖਣ ਲੱਗਦਾ ਕਿ ਜਿਵੇਂ ਨਹੀਂ ਇਹ ਕੋਈ ਯੂਸਲੈਸ ਪਲਾਂਟ ਹੈ ਇਹਨੂੰ ਚਾਹੇ ਕੱਟ ਕੇ ਬਾਹਰ ਰੱਖ ਹੁਣ ਦੇਖੋ ਡਿਫਰੈਂਟ ਬਿਲਕੁਲ ਲੀਵਸ ਤੋਂ ਡਿਫਰੈਂਟ ਹੈ ਬਿਲਕੁਲ ਲੀਵਸ ਤੋਂ ਡਿਫਰੈਂਟ ਹੈ ਆ ਪਲਾਂਟਸ ਹੈ ਇਹ ਪਲਾਂਟਸ ਹੋ ਰਹੇ ਇਹ ਪਲਾਂਟਸ ਆ ਲੀਵਸ ਹੈ ਸੋ ਫੈਮਿਲੀ ਸੇਮ ਹੈ ਲੈ ਸਾਰੇ U4 ਵੀ ਹੈ ਸੋ ਦੇਖੋ ਅਗੋ ਅਲੱਗ ਅਲੱਗ ਵੈਰਾਈਟੀਆਂ ਜਿਹੜੀਆਂ ਨੇ ਉਹ ਸੇਮ ਫੈਮਿਲੀ ਦੇ ਅੰਦਰ ਉਸ ਗ੍ਰਾਫਟਿੰਗ ਦੀ ਗੱਲ ਕਰ ਰਹੇ ਸੀ ਦੇਖੋ ਗ੍ਰਾਫਟ ਕੀਤਾ ਪਲਾਂਟ
ਫਲਾਵਰਿੰਗ ਆਏਗੀ। ਸੋ ਮੈਨੂੰ ਅੰਕਲ ਜੀ ਇੱਕ ਚੀਜ਼ ਦੱਸ ਰਹੇ ਸੀ, ਕਹਿੰਦੇ ਕਿ ਸਾਡੇ ਕੋਲ ਕੋਈ ਆਇਆ, ਉਹ ਕਹਿੰਦੇ ਕਿ ਇਹ ਕੈਕਟਸ ਦੇ ਮੇਰੇ ਕੋਲ ਵੀ ਘਰ ਲੱਗੇ ਹੋਏ ਆ, ਤੇ ਕਹਿੰਦੇ ਇਹ ਫੁੱਲ ਏਦਾਂ ਦੇ ਹੋਣੇ ਆ। ਉਹ ਕਹਿੰਦੇ ਵੀ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਵਰਾਇਟੀ ਆ, ਮੇਰੇ ਕੋਲ ਘੱਟੋ ਘੱਟ 100 ਤਰ੍ਹਾਂ ਦੀ ਵਰਾਇਟੀ ਆ, ਤੁਸੀਂ ਉਹ ਚੀਜ਼ ਇੱਕੋ ਤਰ੍ਹਾਂ ਦੀ ਕਹਿ ਕੇ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਕਿ ਨਹੀਂ ਇੱਕੋ ਤਰ੍ਹਾਂ ਦੀ ਆ, ਪਰ ਨਹੀਂ ਉਹ ਉਸ ਚੀਜ਼ ਨੂੰ ਪਤਾ ਹੈ, ਜਿਹਨਾਂ ਨੇ ਉਸ ਚੀਜ਼ ਨੂੰ ਸੰਭਾਲਿਆ ਆ, ਸਾਰਾ ਆਪ ਕੇਅਰ ਕੀਤੀ ਹੋਈ ਆ, ਉਹਨਾਂ ਦੇ ਨਾਲ ਪਤਾ ਹੈ ਕਿ ਕਿਵੇਂ ਕਿਵੇਂ ਇਸ ਚੀਜ਼ ਦੀ ਵਰਾਇਟੀ ਦਾ ਜੋ ਮੁੱਲ ਹੈ। ਬਿਲਕੁਲ ਜੀ। ਅੱਛਾ, ਨੈਕਸਟ ਬੈਟਰੀ ਸੈਂਸਬੇਰੀਆ ਅਸੀਂ ਕਰਦੇ ਹਾਂ ਇਕੱਠਾ, ਜਿਹਨੂੰ ਅਸੀਂ ਸਨੇਕ ਪਲਾਂਟ ਵੀ ਕਹਿੰਦੇ ਹਾਂ। ਸੋ ਸਨੇਕ ਪਲਾਂਟ ਸੈਂਸੀਵੇਰੀਆ ਜੀ, ਜਿਹੜੀ ਬੜੀ ਅੱਜ ਕੱਲ ਜੀ ਇਸ ਚੀਜ਼ ਬੜੀ ਕਾਮਨ ਚੱਲ ਰਹੀ ਹੈ, ਬੜੀ ਕਾਮਨ ਵੈਰਾਈਟੀ। ਇਹਨਾਂ ਦੇਖੋ ਜਿੰਨੀ ਵੀ ਵੈਰਾਈਟੀ ਹੈ, ਇਹਦੇ ਲੀਵਸ ਦੇਖੋ, ਇਹਦੇ ਲੀਵਸ ਦੇਖੋ, ਇਹਨਾਂ ਸਾਰੇ ਸਭ ਅਲੱਗ ਅਲੱਗ ਵੈਰਾਈਟੀ ਹੈ। ਸੋ ਲਓ ਜੀ, ਆਹ ਦੇਖੋ ਜੀ, ਇੱਥੇ ਉਸ ਸਨੇਕ ਪਲਾਂਟ ਜਿਹੜਾ ਕਿ ਅੱਜ ਕਾਮਨਲੀ ਇੱਕ ਵਰਡ ਯੂਜ਼ ਕੀਤਾ ਜਾਂਦਾ ਕਿ ਏਅਰ ਪਿਓਰੀਫਾਇਰ, ਬਸ ਹਾਂ। ਸੋ ਦੇਖੋ ਸਾਨੂੰ ਇਸ ਵੇਲੇ ਦੇਖਣ ਨੂੰ ਉਹ ਦੋਨੋਂ ਜਿਹੜੇ ਪਲਾਂਟਸ ਨੇ ਉਹ ਸੇਮ ਲੱਗ ਰਹੇ ਹੋਣਗੇ, ਪਰ ਅੰਕਲ ਕਹਿੰਦੇ ਨਹੀਂ ਹੈ, ਦੋਨੋਂ ਡਿਫਰੈਂਟ ਸੈਪਰੇਟ, ਦੋਨੋਂ ਅਲੱਗ ਅਲੱਗ ਹੈ, ਦੋਨੋਂ ਡਿਫਰੈਂਟ ਹੈ। ਹਾਂਜੀ, ਆਹ ਦੇਖੋ ਅੱਗੇ, ਆਹ ਵੀ ਸਾਰੇ ਸਨੇਕਸ ਪਲਾਂਟ ਹੈ, ਆਹ ਸਾਰੇ ਸਨੇਕਸ ਪਲਾਂਟ ਲਗਾ ਰੱਖਿਆ ਸੀ। ਵਾਹ ਜੀ ਵਾਹ। ਸੋ ਸਨੇਕ ਪਲਾਂਟ ਦੇ ਵਿੱਚ ਹੀ ਅੰਕਲ ਜੀ ਨੇ ਪੂਰੀ ਇੱਥੇ ਕਲੈਕਸ਼ਨ ਲਗਾਈ ਹੋਈ ਹੈ, ਮੈਨੂੰ ਲੱਗਦਾ ਕਿ ਇੰਨੀ ਕਲੈਕਸ਼ਨ ਅੰਕਲ ਜੀ ਮਤਲਬ ਕਿਸੇ ਬੋਟੈਨੀਕਲ ਗਾਰਡਨ ਵਿੱਚ ਵੀ ਨਹੀਂ ਹੋਣੀ। ਨਹੀਂ ਜੀ, ਹੁਣ ਅਸੀਂ ਸੋਚ ਰਹੇ ਖਾਲਸਾ ਗਾਰਡਨ ਕਿਤਨਾ ਡਿਸਕਸ ਕੀਤਾ ਹੈ। ਅੱਛਾ ਜੀ, ਅਸੀਂ ਉੱਥੇ ਡਿਵੈਲਪ ਕਰਨ ਦਾ ਸੋਚ ਰਹੇ ਹਾਂ। ਅੱਛਾ ਜੀ, ਉਹਨਾਂ ਦਾ ਕੈਰੇਕਟਰ ਹਾਊਸ ਡਿਵੈਲਪ ਕਰੀਏ। ਠੀਕ ਹੈ ਜੀ, ਦੋਸਤੋ ਫਿਰ ਅਸੀਂ ਉਹਨੂੰ ਡੋਨੇਟ ਕਰਾਂਗੇ ਕੁਛ ਪਲਾਂਟਸ। ਰਾਈਟ ਰਾਈਟ, ਤਾਂ ਕਿ ਉਧਰ ਡੋਨੇਟ ਹੋ ਜਾਣ। ਠੀਕ ਹੈ ਜੀ। ਹਾਂ, ਸਾਡਾ ਆਹ ਜੈਡ ਪਲਾਂਟ ਹੈ, ਇਹ ਜੈਡ ਪਲਾਂਟ ਹੈ ਜੀ, ਜਿਹਦੇ ਵਿੱਚ ਅਸੀਂ ਦੇਖਣ ਨੂੰ ਆਮ ਕਾਮਨ ਪਲਾਂਟ ਲੱਗਦਾ ਹੋਣਾ। ਹਾਂਜੀ ਹਾਂਜੀ, ਇਸ ਸੰਸ ਖਾਸ ਚੀਜ਼ ਕੀ ਹੈ, ਇਸ ਤੇ ਦੇਖੋ ਯੈਲੋ ਲੀਵਸ ਹੋਣਗੇ ਇਹਨਾਂ ਦੇ। ਅੱਛਾ ਜੀ, ਹੁਣ ਜਦੋਂ ਵਿੰਟਰ ਹੋਏਗਾ ਨਾ, ਇਸੇ ਕੁਛ ਯੈਲੋ ਕੁਛ ਗ੍ਰੀਨ, ਕੁਛ ਯੈਲੋ ਕੁਛ ਗ੍ਰੀਨ। ਵਾਹ ਵਾਹ, ਉਹ ਜਸਟ ਲਾਈਕ ਅ ਪਰਲਸ ਜਿਹੜੇ ਆ ਲਮ ਲੜਕਰੇ ਹੋਣ ਤੇ ਬਹੁਤ ਜ਼ਿਆਦਾ ਆ ਯੈਲੋ ਗ੍ਰੀਨ ਹੋਣਗੇ। ਠੀਕ ਹੈ ਠੀਕ ਹੈ ਜੀ। ਹਾਂ, ਆਹ ਦੇਖੋ ਸੀਡਮ ਬਣਾ ਰਹੇ, ਇਹ ਵੀ ਸੀਡਮ ਦੇ ਪਲਾਂਟ ਹੈ, ਬੜਾ 10 ਸਾਲ ਪੁਰਾਣਾ ਪੀਸ ਹੈ ਇਹ। ਵਾਓ, 10 ਸਾਲ ਪੁਰਾਣਾ। ਹਾਂਜੀ, 10 ਸਾਲ ਪੁਰਾਣਾ ਪੀਸ ਹੈਗਾ ਸੀਡਮ ਦਾ। ਬੱਲੇ ਬੱਲੇ। ਹਾਂ, U4A ਫੈਮਿਲੀ ਹੈ ਵੀ, ਇਹਦੇ ਫਲਾਵਰਸ ਬਹੁਤ ਅੱਛੇ ਨੇ, ਸਿਰਫ ਫਲਾਵਰਸ ਆਣਗੇ ਇਹਨਾਂ ਦੇ। ਅੱਛਾ ਜੀ, ਅੱਛਾ, ਇਹਨਾਂ ਫਲਾਰਿੰਗ ਆਏਗੀ ਜੀ। ਹਾਂ, ਬਹੁਤ ਅੱਛੀ ਫਲਾਵਰਿੰਗ ਆਏਗੀ। ਠੀਕ ਹੈ ਜੀ। ਹਾਂ, ਹੁਣ ਸੈਂਸਬੇਰੀ ਆ, ਲੇਕਿਨ ਇਹ ਕੰਪੈਕਟ ਫੈਮਿਲੀ ਹੈ। ਅੱਛਾ ਜੀ, ਸੈਂਸਬੇਰੀ ਬਹੁਤ ਕੰਪੈਕਟ ਫੈਮਿਲੀ ਹੈ। ਅੱਛਾ, ਇੱਕ ਕੰਪੈਕਟ ਫੈਮਿਲੀ ਦੇ ਵਿੱਚ ਹੀ ਲਿਖੀ ਹੈ। ਬਹੁਤ ਕੰਪੈਕਟ ਫੈਮਿਲੀਜ਼ ਹੈਗੇ ਆ। ਠੀਕ ਹੈ ਜੀ, ਸਵਾਦ ਹੈ। ਇਹ ਸਾਰੇ ਆ, ਬਾਕੀ ਆ ਮਲੇਰੀਆਜ਼ ਹੈਗੇ, U4B ਹੈਗਾ। ਅੱਛਾ, ਇਹ ਸਭ ਡਿਫਰੈਂਟ ਹੈਗੀਆਂ ਕੈਰੈਕਟਰਸ, ਸਾਰੇ ਡਿਫਰੈਂਟ ਕੈਰੈਕਟਰਸ ਹੀ ਵਰਾਈਟੀ। ਹਾਂ, ਡਿਫਰੈਂਟ ਕੈਰੈਕਟਰਸ ਵਰਾਈਟੀਆਂ ਹੈਗੀਆਂ। ਹੁਣ ਆ ਸਾਡੇ ਬਿਗਰ ਕੈਰੈਕਟਰਸ ਹੈ। ਅੱਛਾ ਜੀ, ਆ ਸਾਡੀ ਇਹਨੂੰ ਅਸੀਂ ਅਗੇਵ ਕਹਿੰਦੇ ਆ, ਅਗੇਵ ਦਾ ਕਵਰ ਕਰ ਲਓ, ਇੱਕ ਅਗੇਵ ਹੈ। ਹਾਂਜੀ, ਅਗੇਵ ਹੈਗੀਆਂ। ਅਗੇਵ, ਹਾਂਜੀ, ਉਸ ਤੋਂ ਇਹ ਸਾਡਾ ਗੋਲਡਨ ਬੈਰਲ, ਜਿਹੜਾ ਬੜਾ ਪਾਪੂਲਰ ਹੈ ਗੋਲਡਨ ਬੈਰਲ। ਅੱਛਾ ਜੀ, ਹਾਂਜੀ, ਇਹਦੇ ਫਲਾਵਰਿੰਗ ਬੜੀ ਦੇਰ ਬਾਅਦ ਹੋਣੇ, ਲੇਕਿਨ ਫਲਾਵਰਿੰਗ ਹੋਣ ਗਿਆ ਇਨ ਗਾਰਡਨ। ਅੱਛਾ ਜੀ, ਸਾਡੇ ਕੋਲ ਫਲਾਵਰਿੰਗ ਨਹੀਂ ਹੋਈ। ਅੱਛਾ ਜੀ, ਅੱਛਾ ਅੱਛਾ ਅੱਛਾ, 30 ਸਾਲ ਹੋ ਗਏ ਚੱਲਦੇ, ਲੇਕਿਨ ਫਲਾਵਰਿੰਗ ਮੇਰੇ ਕੋਲ ਨਹੀਂ ਹੋਈ। ਕਿੰਨਾ ਕੁ ਬੂਟਾ ਅੰਕਲ ਜੀ ਪੁਰਾਣਾ ਹੋਏਗਾ? ਇਹ 8 ਸਾਲ ਪੁਰਾਣਾ ਪੀਸ ਹੈ। 8 ਸਾਲ ਪੁਰਾਣਾ ਪੀਸ ਹੈ ਜੀ। ਹਾਂਜੀ, ਇਹ ਗ੍ਰੀਨ ਦੇਖੋ, ਬਿਲਕੁਲ ਆਹ ਸ਼ੇਪ ਆਂਦੀ, ਬਿਲਕੁਲ ਬ੍ਰਾਈਟ ਹੋਇਆ ਹੈ। ਅੰਕਲ ਜੀ, ਦੋਨਾਂ ਨੂੰ ਕਿਤੇ ਤੁਸੀਂ ਟ੍ਰਾਂਸਪਲਾਂਟ ਕਰਦੇ ਹੋ ਤਾਂ ਕਈ ਵਾਰੀ ਲੱਗਦਾ ਨਹੀਂ ਕਿ ਕੰਡੇ ਜ਼ਿਆਦਾ ਵੱਜ ਜਾਣਗੇ? ਨਹੀਂ, ਉਹ ਸਿਸਟਮ ਨਾਲ ਕਰਦੇ ਆ, ਇਦਾਂ ਹੀ ਕਰਦੇ ਅਸੀਂ ਉਹਨੂੰ, ਰੈਪ ਕਰਦੇ ਪਹਿਲਾਂ, ਬੋਰੀ ਚ ਰੈਪ ਕਰਦੇ ਆ। ਅੱਛਾ ਜੀ, ਬੋਰੀ ਰੈਪ ਕਰਦੇ, ਜਿਹਨੂੰ ਹਰ ਪੀਸ ਕੱਢਣਾ ਹੋਵੇ। ਹਾਂਜੀ, ਰੱਸੀਆਂ ਲੈ ਕੇ ਦੋਨੋਂ ਤਰਫ ਰੱਸੀਆਂ ਪਾਉਂਦੇ, ਫਿਰ ਰੱਸੀ ਨਾਲ ਪਿੱਕ ਕਰਦੇ, ਰੱਸੀ ਨਾਲ ਪਿੱਕ ਕਰਦੇ, ਪਿੱਕ ਕਰਦੇ। ਠੀਕ ਹੈ ਠੀਕ ਹੈ, ਫਿਰ ਦੂਸਰੇ ਪੌਟ ਚਲਾਉਣੇ। ਠੀਕ ਹੈ, ਸੋ ਉਹ ਸਾਰਾ ਇੱਕ ਟੈਕਨੀਕ ਹੈ ਕਿ ਜਿਹਦੇ ਨਾਲ ਇਹਨਾਂ ਨੂੰ ਰੀਪੋਟਿੰਗ ਵੀ ਕਰ ਰਹੇ ਨੇ। ਬਿਨਾਂ ਸਕੀਮ ਤੁਸੀਂ ਨਹੀਂ ਕੱਢ ਸਕਦੇ, ਬੜੇ ਬੜੇ ਸਪਾਈਨਸ ਹੈਗੇ। ਹਾਂਜੀ, ਹੁਣ ਅਸੀਂ ਯੂਜ਼ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਆ ਸਾਡਾ ਜੀ ਆਪਣਾ ਕਹਿੰਦੇ ਸੀ ਜੈਬਰੀਨਾ ਪਲਾਂਟਸ ਹੈਗਾ, ਜੈਬਰੀਨਾ ਜੈਬਰੀਨਾ ਹਰਨੀਆ। ਅੱਛਾ ਜੀ, ਸਟੈਪਿਲਾ। ਅੱਛਾ ਜੀ, ਇਹ 4-5 ਫੈਮਿਲੀਜ਼ ਹੈ, ਸਾਰੇ ਉਸੇ ਫੈਮਿਲੀ ਚ ਹੈ। ਇਹਦੀ ਫਲਾਵਰਿੰਗ ਬਹੁਤ ਅੱਛੀ ਫਲਾਵਰਿੰਗ ਹੁੰਦੀ ਹੈ। ਅੱਛਾ ਜੀ, ਔਰ ਬੜੇ ਰੇਅਰ ਪਲਾਂਟਸ ਹੈਗੇ ਸਾਰੇ, ਰੇਅਰ ਆਫ ਦੇ ਰੇਅਰ। ਹਾਂਜੀ ਹਾਂਜੀ, ਇਹਦੀ ਰੇਅਰ ਪਾਸ ਥਾਈਲੈਂਡ ਦੇ ਮਾਸਟਰ ਇਸ ਚੀਜ਼ ਚ। ਅੱਛਾ ਜੀ, ਹੋਰ ਕਿਤੋਂ ਨਹੀਂ ਹੈ, ਸਿਰ ਥਾਈਲੈਂਡ ਤੋਂ ਬਣ ਕੇ ਆਉਂਦੇ ਆ। ਥਾਈਲੈਂਡ ਤੋਂ ਗਾਰੰਟੀ ਕਿ ਸਾਰੇ ਬਣ ਕੇ ਆਉਂਦੇ ਨੇ, ਸਰ ਤਿਆਰ ਹੋਤੇ ਹੁਣ ਲੋਕਲ ਕਾਫੀ ਬਣਨ ਲੱਗ ਗਏ। ਹਾਂਜੀ, ਹੁਣ ਇਹਦਾ ਫਲਾਵਰਿੰਗ ਦੇਖੋ, ਹਾਂ ਇਹਦਾ ਫਲਾਵਰ ਦੇਖੋ ਤੁਸੀਂ ਕੋਲ। ਅੱਛਾ ਜੀ, ਸੋ ਇਹਦਾ ਫਲਾਵਰ ਦੇਖੋ ਕਿੰਨਾ ਮਾਈਨਿਊਟ ਫਲਾਵਰ ਹੈ, ਤੇ ਫਿਰ ਉਸ ਦੀ ਖੂਬਸੂਰਤੀ ਜਿਹੜੀ ਆ ਉਹ ਉਸ ਦੇ ਵਿੱਚ ਆਪਣੀ ਹੈ ਜੀ। ਛੋਟਾ ਛੋਟਾ ਫਲਾਵਰ ਜਿਹੜਾ ਆ ਉਹ ਇਹਦੇ ਚੋਂ ਨਿਕਲ ਕੇ ਆ ਰਿਹਾ। ਨਾਂ ਨਹੀਂ ਦੱਸ ਸਕਣਗੇ ਕਿ ਇਸਦਾ ਨਾਮ ਕੀ ਹੈ, ਕਿਉਂਕਿ ਇਹਨਾਂ ਨੇ ਉਸ ਸਾਰੀ ਚੀਜ਼ ਨੂੰ ਸੰਭਾਲਿਆ ਹੋਇਆ ਔਰ ਉਹਦੇ ਨਾਲ ਪੂਰਾ ਆਪਣਾ 8 ਤੋਂ 10 ਸਾਲ, ਜਿਵੇਂ ਦੱਸਿਆ ਕਿ 8 ਤੋਂ 10 ਸਾਲ ਪੁਰਾਣਾ ਬੂਟਾ ਜਿਹੜਾ ਹੋਏਗਾ, ਉਹਨੇ ਕਿੰਨੇ ਤਰ੍ਹਾਂ ਨਾਲ ਇਸ ਡਿਟੇਲ ਸਟੱਡੀ ਵਿੱਚ ਨਿਕਲ ਕੇ ਕੀਤਾ। ਸਾਰੇ ਕੈਕਟਸ ਹੈ, ਸਾਰਾ ਜਿਹੜਾ ਪਾਲੇ ਪਲਾਂਟ ਅਗੇਵ,
ਅੱਛਾ ਜੀ ਅਗੇਵਸ ਹੈਗੀਆਂ ਅਗੇਵਸ ਹੈਗੀਆਂ ਕੁਛ ਅਗੇਵਸ ਆ ਲੱਗੀਆਂ ਵੀ ਕੁਛ ਅਗੇਵਸ ਆ ਇੱਛੀਆਂ ਦੇਖੋ ਦਿਸ਼ਾ ਇਹਦੀ ਆਊਟਲੁੱਕ ਦੇਖੋ ਗਣੇਸ਼ ਜੀ ਦੀ ਆਊਟਲੁੱਕ ਇਹਨੂੰ ਦਿਖਾਵਾਂ ਨੀਚੇ ਦੇਖੋ ਜੀ ਦੇਖੋ ਸੋ ਇਹ ਇਸ ਦੀ ਖੂਬਸੂਰਤੀ ਹੈ ਉੱਪਰ ਅਗੇਵਸ ਦੀ ਠੀਕ ਹੈ ਜੀ ਤੇ ਅੰਕਲ ਜੀ ਕਈ ਵਾਰੀ ਇਦਾਂ ਦੀ ਗੱਲ ਨਹੀਂ ਹੋਈ ਕਿ ਤੁਹਾਨੂੰ ਇਹ ਕਿਹਾ ਗਿਆ ਹੋਵੇ ਕਿ ਤੁਸੀਂ ਇਹ ਘਰ ਵਿੱਚ ਇੰਨੇ ਕੰਡੇ ਕਿਉਂ ਰੱਖ ਰਹੇ ਹੋ ਜਾਂ ਕੋਈ ਹੋਰ ਪਲਾਂਟ ਲੈ ਆਓ ਜਾਂ ਥੋੜੀ ਖੂਬਸੂਰਤੀ ਵਾਲੇ ਨਹੀਂ ਕਹਿਣ ਵਾਲੇ ਕਹਿੰਦੇ ਆ ਲੇਕਿਨ ਮੈਂ ਇਸ ਨੂੰ ਛੱਡ ਹੀ ਨਹੀਂ ਸਕਦਾ ਇਹਨਾਂ ਠੀਕ ਹੈ ਜੀ ਬੜੀ ਜ਼ਿਆਦਾ 30 ਸਾਲ ਤੋਂ ਪਾਲਦਾ ਤਾਂ ਕਿਵੇਂ ਛੱਡ ਦਾਂਗਾ ਹਾਂਜੀ ਹਾਂਜੀ ਬਿਲਕੁਲ ਇਹ ਤਾਂ ਹੈ ਅੰਕਲ ਜੀ ਜਦੋਂ ਤੁਸੀਂ ਫਿਰ ਅਬਰਾਡ ਜਾਂਦੇ ਹੋ ਫਿਰ ਇਹਨਾਂ ਦੀ ਕੇਅਰ ਕਿੱਦਾਂ ਹੁਣ ਇਹ ਆ ਕਿ ਕਿਸੇ ਨੂੰ ਡਿਊਟੀ ਲਾ ਕੇ ਜਾਵਾਂਗੇ ਅੱਗੇ ਲੜਕੀ ਸਾਡੇ ਕੰਮ ਕਰਦੇ ਉਹਦੀ ਡਿਊਟੀ ਲਾ ਕੇ ਸੀ ਵੀ ਆਫਟਰ 3 ਡੇਸ ਹੁਣ ਮੈਂ ਗਰਮੀਆਂ 'ਚ ਨਹੀਂ ਜਾਣਾ ਸਰਦੀਆਂ ਆਣਗੀਆਂ ਫਿਰ ਜਾਵਾਂਗਾ ਬਰਾਡ ਵਾਹ ਸੋ ਗਰਮੀ 'ਚ ਅਬਰਾਡ ਨਹੀਂ ਜਾ ਸਕਦਾ ਅੱਛਾ ਕਿਉਂ ਗਰਮੀ ਵਾਟਰਿੰਗ ਦੀ ਪ੍ਰੋਬਲਮ ਹੈ ਇਹਨਾਂ ਨੂੰ ਸੋ ਦੇਖੋ ਜੀ ਉਹ ਸ਼ੈਡਿਊਲ ਵੀ ਇਸ ਤਰੀਕੇ ਨਾਲ ਸੈੱਟ ਕਰ ਰਹੇ ਨੇ ਅੰਕਲ ਜੀ ਬਾਹਰ ਜਾਣ ਦਾ ਵੀ ਕਿ ਗਰਮੀਆਂ 'ਚ ਨਹੀਂ ਜਾਣਾ